ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਫਿਰ ਤੋਂ ਇੱਕ ਵਾਰੀ ਸਾਡੇ ਇਸ ਯੂਟਿਊਬ ਚੈਨਲ ਤੇ। ਜਿੱਦਾਂ ਤੁਸੀਂ ਸਾਰਿਆਂ ਨੇ ਪਟਵਾਰੀ ਦਾ ਐਗਜ਼ਾਮ ਦਿੱਤਾ ਸੀਗਾ ਪ੍ਰੀ ਦਾ, ਤੇ ਮੇਨਸ ਤੁਹਾਨੂੰ ਪਤਾ ਵੀ 5 ਸਤੰਬਰ ਤੋਂ ਸਟਾਰਟ ਆ ਐਗਜ਼ਾਮ ਉਹਦਾ, ਤੇ ਕੌਣ ਕੌਣ ਸਟੂਡੈਂਟ ਉਹ ਐਗਜ਼ਾਮ ਵਿੱਚ ਬੈਠੇਗਾ ਉਹਦੇ ਲਈ ਉਹਨਾਂ ਨੇ ਕੱਟ ਆਫ ਰਿਲੀਜ਼ ਕੀਤੀ ਹੈ। ਕੱਟ ਆਫ ਜੋ ਹੈ ਤੁਸੀਂ PSSB ਦੀ ਸਾਈਟ 'ਤੇ ਜਾ ਕੇ ਚੈੱਕ ਕਰਨਾ ਹੈ। ਸਿੰਪਲੀ ਤੁਸੀਂ ਗੂਗਲ 'ਤੇ SSS ਭਰਨਾ ਹੈ ਤਾਂ ਤੁਹਾਡੇ ਸਾਹਮਣੇ ਆ ਸਾਈਟ ਓਪਨ ਹੋਏਗੀ, ਜਾਂ SSB.punjab.gov.in 'ਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਐਡਵਰਟੀਜ਼ਮੈਂਟ 'ਤੇ ਕਲਿੱਕ ਕਰਨਾ ਹੈ। ਐਡਵਰਟੀਜ਼ਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿੱਦਾਂ ਖੁੱਲ੍ਹ ਕੇ ਆ ਜਾਏਗਾ ਐਡਵਰਟੀਜ਼ਮੈਂਟ ਦੇ ਵਿੱਚ, 26 ਤਰੀਕ ਦੀ ਨੋਟੀਫਿਕੇਸ਼ਨ ਹੈ ਕੱਟ ਆਫ ਮੈਰਿਟ ਫੋਰ ਸੈਕਿੰਡ ਸਟੇਜ ਐਗਜ਼ਾਮੀਨੇਸ਼ਨ, ਉਹਦਾ ਪੋਸਟ ਆਫ ਪਟਵਾਰੀ। ਇਹਤੇ ਤੁਸੀਂ ਕਲਿੱਕ ਕਰੋਗੇ, ਇਹ ਤੁਹਾਡਾ ਡਾਊਨਲੋਡ ਹੋ ਜਾਏਗਾ। ਜਿੱਦਾਂ ਤੁਸੀਂ ਡਾਊਨਲੋਡ ਹੋ ਕੇ ਦੇਖੋਗੇ ਸਾਰਿਆਂ ਦੀ ਕੱਟ ਆਫ ਤੁਹਾਡੇ ਸਾਹਮਣੇ ਆ ਜਾਏਗੀ ਸਾਰੀ ਕੈਟਾਗਰੀ ਦੀ। ਜਿੱਦਾਂ ਕਿ ਇੱਥੇ ਤੁਸੀਂ ਸਾਰਿਆਂ ਨੇ ਦੇਖਿਆ ਵੀ SSB ਪੰਜਾਬ, ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਵੀ ਜੋ ਕਿ 1152 ਪੋਸਟਾਂ ਸੀਗੀਆਂ ਉਹਨਾਂ ਦੀ ਅਰਜ਼ੀ ਜੋ ਵੀ ਆਈਆਂ ਸਨ, ਉਹਨਾਂ ਨੇ ਉਹਦੇ ਰਿਕਾਰਡਿੰਗ ਉੱਪਰ ਆ ਜਿੱਦਾਂ ਤੁਸੀਂ ਦੇਖ ਲਓਗੇ ਉੱਪਰਲੀ ਮੈਰਿਟ ਦੇ 10 ਗੁਣਾ ਉਮੀਦਵਾਰ ਦੂਸਰੇ ਚਰਨ ਦੀ ਪ੍ਰੀਖਿਆ ਲਈ ਉਹਨਾਂ ਨੇ ਬੁਲਾਏ ਹਨ, ਤੇ ਉਹਨਾਂ ਦੀ ਕੱਟ ਆਫ ਮੈਰਿਟ ਜੋ ਇਸ ਤਰ੍ਹਾਂ ਨਿਰਧਾਰਿਤ ਕੀਤੀ ਗਈ ਹੈ। ਆਪਾਂ ਕੈਟਾਗਰੀ ਵਾਈਜ਼ ਦੇਖ ਲੈਂਦੇ ਹਾਂ। ਜਿੱਦਾਂ ਜਨਰਲ ਦੀ ਕੱਟ ਆਫ ਆ, ਜਨਰਲ ਦਾ ਜਿਹੜਾ 101 ਕੋਡ ਆ ਸਿਰਫ ਜਨਰਲ ਵਾਸਤੇ, ਤੇ EWS ਦਾ 102 ਕੋਡ ਆ। ਜਨਰਲ ਦਾ 65 ਦੀ ਕੱਟ ਆਫ ਗਈ ਹੈ, ਤੇ ਜਿਹੜਾ ਨੇ EWS ਕੈਟਾਗਰੀ ਦੇ ਵਿੱਚ ਫਾਰਮ ਫਿਲ ਕੀਤਾ ਹੋਊਗਾ ਉਹਨਾਂ ਦੀ 62 ਦੀ ਕੱਟ ਆਫ ਗਈ ਹੈ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ SC। SC ਦੇ ਜਿਹੜਾ ਇਹ ਆਪਣੇ ਤੁਸੀਂ ਕੋਡ ਅਕੋਰਡਿੰਗ ਹੀ ਚੈੱਕ ਕਰਨਾ ਵਾ। ਆ ਜਿਵੇਂ ਆ MNB ਮਜ਼੍ਹਬੀ ਐਂਡ ਵਾਲਮੀਕੀ, ਇਹਨਾਂ ਦਾ ਕੋਡ 103 ਆ, ਉਹਨਾਂ ਦੀ ਕੱਟ ਆਫ ਗਈ ਹੈ 48। ਉਸ ਤੋਂ ਬਾਅਦ SC ਆ ਰਵਿਦਾਸੀ ਐਂਡ ਅਦਰਸ, ਇਹਦਾ ਕੋਡ ਹੈਗਾ 104, ਇਹਨਾਂ ਦੀ ਕੱਟ ਆਫ ਮੈਰਿਟ ਜੋ ਹੈ ਤੁਹਾਡੀ ਗਈ ਹੈ 62। ਉਸ ਤੋਂ ਬਾਅਦ BC ਆ ਜਾਂਦਾ ਵਾ, BC ਦਾ ਕੈਟਾਗਰੀ ਕੋਡ ਹੈਗਾ 105, ਇਹਨਾਂ ਦੀ ਕੱਟ ਆਫ ਮੈਰਿਟ 67। ਸਭ ਤੋਂ ਵੱਧ ਤੁਸੀਂ ਜਿੱਦਾਂ ਕਿ ਦੇਖੋਗੇ ਕਿ BC ਦੀ ਕੱਟ ਆਫ ਗਈ ਹੈ ਸਾਰਿਆਂ ਦੇ ਵਿੱਚੋਂ, ਜਨਰਲ ਦੀ ਵੀ ਕੱਟ ਆਫ ਤੋਂ ਉੱਪਰ BC ਦੀ ਗਈ ਹੈ 67.25। ਉਸ ਤੋਂ ਬਾਅਦ ਆਪਾਂ ਦੇਖਾਂਗੇ ਐਕਸ ਸਰਵਿਸਮੈਨ ਦੀ ਕੱਟ ਆਫ, ਜੋ ਇਹਦੇ ਵਿੱਚ ਸੈਲਫ ਇੰਡੀਪੈਂਡੈਂਟ ਆ ਜਾਂਦਾ, ਉਹਦੇ ਵਿੱਚ SC, ਉਹਦੇ ਵਿੱਚ ਮਾਝੀ ਵੀ ਸਿੱਖ ਅਤੇ ਉਹਦੇ ਰਵਿਦਾਸ, ਜਿੰਨੇ ਵੀ ਕੈਟਾਗਰੀ ਦੇ ਨੇ ਐਕਸ ਸਰਵਿਸਮੈਨ ਦੇ ਵਿੱਚ BC, ਇਹਨਾਂ ਸਾਰਿਆਂ ਦੀ ਕੱਟ ਆਫ ਸਾਰਿਆਂ ਦੀ ਉਹ ਸੇਮ ਹੀ ਹੈ 48 ਆ। ਅਤੇ ਉਸ ਤੋਂ ਬਾਅਦ PH ਫਿਜੀਕਲੀ ਹੈਂਡੀਕੈਪਡ ਆ ਜਾਂਦਾ ਵਾ, ਇਹ 'ਚ ਜਿੰਨੇ ਤਰ੍ਹਾਂ ਦੇ ਹੈਂਡੀਕੈਪਡ ਨੇ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ OH ਦੀ ਹੈਗੀ ਹੈ 48, ਜਿਹੜਾ ਵਿਜ਼ੂਅਲੀ ਹੈਂਡੀਕੈਪਡ ਆ ਉਹਦੀ 58 ਆ, ਅਤੇ ਬਾਕੀ ਦੋਨਾਂ ਦੀ ਹੀਅਰਿੰਗ ਹੈਂਡੀਕੈਪ ਅਤੇ ਮੈਂਟਲ ਅਬਿਲਿਟੀ ਵਾਲਾ ਦੀ 48 ਆ। ਉਸ ਤੋਂ ਬਾਅਦ ਸਪੋਰਟਸਮੈਨ ਕੋਟੇ ਵਾਲੀ ਦੀ ਆ, ਤੁਸੀਂ ਕੱਟ ਆਫ ਦੇਖ ਸਕਦੇ ਹੋ। ਜਨਰਲ SC ਅਤੇ SC ਦੇ ਵਿੱਚ ਜਿੰਨੇ ਅਦਰਸ ਆਉਂਦੇ ਨੇ, ਬਾਕੀ ਸਾਰੇ ਦੀ ਫਰੀਡਮ ਫਾਈਟਰ ਵਗੈਰਾ ਦੀ 48 ਕੱਟ ਆਫ ਗਈ ਹੈ। ਜਿਨ੍ਹਾਂ ਨੂੰ ਹਜੇ ਤੱਕ ਆਪਣੇ ਨੰਬਰ ਨਹੀਂ ਪਤਾ ਹੈਗੇ ਵੀ ਕਿੰਨੇ ਨੰਬਰ ਆਏ ਸੀ ਜਾਂ ਉਹ ਪਾਸ ਹੈ ਕਿ ਨਹੀਂ, ਕਨਫਿਊਜ਼ਨ ਹੈ, ਤਾਂ ਸਾਡੀ ਪੁਰਾਣੀ ਵੀਡੀਓ ਦੇਖ ਸਕਦੇ, ਅਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਪਾ ਦਾਂਗੇ, ਅਤੇ ਫਾਈਲ ਦਾ ਲਿੰਕ ਵੀ ਦੇ ਦਾਂਗੇ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਸਾਡੇ ਟੈਲੀਗ੍ਰਾਮ ਚੈਨਲ ਤੋਂ ਜਾਂ ਵਟਸਐਪ ਤੋਂ ਦੇਖ ਸਕਦੇ ਹੋ ਤੁਹਾਡੇ ਕਿੰਨੇ ਨੰਬਰ ਸੀਗੇ। ਉਸ ਫਾਈਲ ਦੇ ਵਿੱਚ ਸਿਰਫ ਤੁਸੀਂ ਆਪਣਾ ਨੇਮ ਐਂਟਰ ਕਰਨਾ ਜਾਂ ਰੋਲ ਨੰਬਰ, ਤੁਹਾਡੀ ਤੁਸੀਂ ਸਰਚ ਕਰਕੇ ਉਹ ਫਾਈਲ ਲੱਭ ਸਕਦੇ ਹੋ, ਆਪਣਾ ਨਾਮ ਲੱਭ ਸਕਦੇ ਹੋ ਅਤੇ ਆਪਣੀ ਕੱਟ ਆਫ ਦੇਖ ਲਿਓ ਵੀ ਕੌਣ ਪਾਸ ਹੋਇਆ ਜਾਂ ਕੌਣ ਫੇਲ ਹੋਇਆ। SSS ਨੇ ਬਹੁਤ ਹੀ ਵਧੀਆ ਕੱਟ ਆਫ ਰਿਲੀਜ਼ ਕੀਤੀ ਆ, ਜੋ ਕਿ ਜ਼ਿਆਦਾਤਰ ਜ਼ਿਆਦਾ ਹਾਈ ਨਹੀਂ ਗਈ ਹੈ। ਜਿਹਨਾਂ ਵੀ ਕੈਂਡੀਡੇਟਸ ਇਹਦੇ ਵਿੱਚ ਪਾਸ ਹੋਏ ਨੇ ਸੈਕਿੰਡ ਐਗਜ਼ਾਮ ਦੇ ਵਿੱਚ ਮੇਨਸ ਦੇ ਵਿੱਚ ਬੈਠਣਗੇ, ਉਹਨਾਂ ਸਾਰਿਆਂ ਨੂੰ ਆਲ ਦਾ ਬੈਸਟ। ਅਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇ ਵੀਡੀਓ ਤੁਹਾਡੇ ਲਈ ਵਧੀਆ ਲੱਗੀ ਤਾਂ ਉਹਨੂੰ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ।